ਸਿਲੰਡਰਾਂ ਦੇ ਨਾਲ ਭਰਿਆ ਹੋਇਆ ਇੱਕ ਟਰੱਕ ਜਦੋਂ ਸੜਕ ਤੇ ਪਲਟ ਗਿਆ ਤਾਂ ਉੱਥੇ ਹੀ ਸਿਲੰਡਰਾਂ ਨੇ ਅੱਗ ਵੀ ਫੜ ਲਈ। ਰਾਹਗੀਰਾਂ ਦੇ ਵਿੱਚ ਹਫੜਾ ਦਫੜੀ ਮਚ ਗਈ। ਤਸਵੀਰਾਂ ਭਿਆਨਕ ਸੜਕ ਹਾਦਸੇ ਦੀਆਂ ਨੇ ਜਿੱਥੇ ਇੱਕ ਸਿਲੰਡਰਾਂ ਦੇ ਨਾਲ ਭਰਿਆ ਹੋਇਆ ਟਰੱਕ ਸੜਕ ਵਿਚਾਲੇ ਪਲਟ ਗਿਆ। ਇਸ ਦੌਰਾਨ ਜਿੱਥੇ ਸਿਲੰਡਰਾਂ ਦੇ ਵਿੱਚ ਅੱਗ ਲੱਗ ਗਈ ਤਾਂ ਅੰਦਰ ਕੈਬਿਨ ਦੇ ਵਿੱਚ ਵੀ ਡਰਾਈਵਰ ਬੁਰੀ ਤਰ੍ਹਾਂ ਦੇ ਨਾਲ ਫਸ ਗਿਆ, ਜਿਸ ਨੂੰ ਕੱਢਣ ਦੇ ਲਈ ਲੋਕਾਂ ਨੂੰ 1 ਘੰਟੇ ਤੱਕ ਕੜੀ ਮੁਸ਼ਕਤ ਕਰਨੀ ਪਈ ਹੈ। ਤਸਵੀਰਾਂ ਦੇ ਵਿੱਚ ਦੇਖੋ ਕਿ ਇਸ ਪਲਟੇ ਹੋਏ ਟਰੱਕ ਦੇ ਅੰਦਰ ਜੋ ਸਿਲੰਡਰ ਪਏ ਨੇ ਹੌਲੀ ਹੌਲੀ ਕਰਕੇ ਅੱਗ ਫੜ ਰਹੇ ਨੇ। ਹਾਲਾਂਕਿ ਮੌਕੇ ਤੇ ਫਾਇਰ ਬ੍ਰਿਗੇਡ ਵੀ ਪਹੁੰਚੀ ਅਤੇ ਅੱਗ ਤੇ ਕਾਬੂ ਵੀ ਪਾ ਲਿਆ ਗਿਆ ਹੈ। ਇੱਥੇ ਵੱਡਾ ਹਾਦਸਾ ਹੋ ਸਕਦਾ ਸੀ ਜੇਕਰ ਇਹਨਾਂ ਸਿਲੰਡਰਾਂ ਦੇ ਵਿੱਚ ਜ਼ਿਆਦਾਤਰ ਗੈਸ ਭਰੀ ਹੁੰਦੀ ਤਾਂ, ਕਿਉਂਕਿ ਇੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਸਿਲੰਡਰ ਆਕਸੀਜਨ ਸਿਲੰਡਰ ਨੇ ਜਿਨ੍ਹਾਂ ਨੂੰ ਭਰਾਉਣ ਦੇ ਲਈ ਇਹ ਟਰੱਕ ਡਰਾਈਵਰ ਲੈ ਕੇ ਜਾ ਰਿਹਾ ਸੀ, ਪਰ ਇਸੇ ਕਰਕੇ ਹੀ ਇੱਕ ਵੱਡਾ ਹਾਦਸਾ ਹੁਣ ਟਲ ਗਿਆ, ਕਿਉਂਕਿ ਇਹਨਾਂ ਸਿਲੰਡਰਾਂ ਦੇ ਵਿੱਚ ਗੈਸ ਨਹੀਂ ਸੀ, ਥੋੜ੍ਹੀ ਬਹੁਤ ਗੈਸ ਸੀ ਜਿਸਨੇ ਅੱਗ ਫੜੀ। ਤਾਂ ਇੱਥੇ ਫਾਇਰ ਬ੍ਰਿਗੇਡ ਦੇ ਵੱਲੋਂ ਵੀ ਅੱਗ ਤੇ ਕਾਬੂ ਪਾ ਲਿਆ ਗਿਆ। ਵੱਡੀ ਗੱਲ ਇਹ ਹੈ ਕਿ ਇਸ ਟਰੱਕ ਦੇ ਕੈਬਿਨ ਦੇ ਵਿੱਚ ਡਰਾਈਵਰ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਕੱਢਣ ਦੇ ਲਈ ਦੇਖੋ ਕਿਵੇਂ ਇਹ ਜਿਹੜੇ ਰਾਹਗੀਰ ਨੇ ਲੋਕ ਨੇ, ਕੁਝ ਤਾਂ ਇਸ ਕੈਬਿਨ ਦੇ ਉੱਤੇ ਚੜੇ ਹੋਏ ਨੇ ਪਲਟੇ ਹੋਏ ਕੈਬਿਨ ਤੇ ਕੁਝ ਬਾਹਰ ਖੜੇ ਨੇ ਅਤੇ ਡਰਾਈਵਰ ਨੂੰ ਖਿੱਚਣ ਦੀ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰੀਬ 1 ਘੰਟਾ ਲੱਗਿਆ ਇੱਥੇ ਲੋਕਾਂ ਨੂੰ ਡਰਾਈਵਰ ਨੂੰ ਬਾਹਰ ਕੱਢਣ ਦੇ ਵਿੱਚ, ਤੇ ਗਨੀਮਤ ਹੈ ਕਿ ਡਰਾਈਵਰ ਦੀ ਜਾਨ ਵੀ ਬਚ ਗਈ ਹੈ। ਇਸ ਦੌਰਾਨ ਜੇਕਰ ਇਹਨਾਂ ਸਿਲੰਡਰਾਂ ਦੇ ਵਿੱਚ ਗੈਸ ਹੁੰਦੀ ਜਾਂ ਇਹ ਭਰੇ ਹੋਏ ਹੁੰਦੇ ਤਾਂ ਅੱਗ ਹੋਰ ਵੀ ਜ਼ਿਆਦਾ ਫੈਲ ਸਕਦੀ ਸੀ ਤੇ ਇੱਥੇ ਵੱਡਾ ਹਾਦਸਾ ਹੋ ਸਕਦਾ ਸੀ, ਜਾਨਾਂ ਵੀ ਜਾ ਸਕਦੀਆਂ ਸੀ। ਤਸਵੀਰਾਂ ਕੀਰਤਪੁਰ ਸਾਹਿਬ ਦੇ ਪਤਾਲਪੁਰੀ ਚੌਂਕ ਦੀਆਂ ਨੇ ਜਿੱਥੇ ਹਾਦਸਾ ਵਾਪਰਿਆ ਹੈ ਤੇ ਟਰੱਕ ਡਰਾਈਵਰ ਦੇ ਮੁਤਾਬਿਕ ਉਹ ਇਹਨਾਂ ਸਿਲੰਡਰਾਂ ਦੇ ਵਿੱਚ ਆਕਸੀਜਨ ਭਰਵਾਉਣ ਦੇ ਲਈ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦਿੱਲੀ ਤੋਂ ਆ ਰਿਹਾ ਸੀ ਤੇ ਨੰਗਲ ਵਾਨੂ ਜਾ ਰਿਹਾ ਸੀ। ਨੰਗਲ ਦੇ ਵਿੱਚੋਂ ਇਹਨਾਂ ਸਿਲੰਡਰਾਂ ਦੇ ਵਿੱਚ ਗੈਸ ਭਰਾਉਣੀ ਸੀ, ਪਰ ਉਸ ਤੋਂ ਪਹਿਲਾਂ ਹੀ ਇਹ ਟਰੱਕ ਬੇਕਾਬੂ ਹੋ ਗਿਆ ਤੇ ਪਲਟ ਗਿਆ, ਜਿਸ ਕਰਕੇ ਜੋ ਸਿਲੰਡਰ ਜਦੋਂ ਸੜਕ ਤੇ ਡਿੱਗੇ ਤਾਂ ਉਹਨਾਂ ਦੇ ਵਿੱਚ ਅੱਗ ਲੱਗ ਗਈ। ਜਿੱਥੇ ਮੌਕੇ ਤੇ ਖੜੇ ਲੋਕਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚੀ, ਅੱਗ ਤੇ ਕਾਬੂ ਪਾਇਆ ਗਿਆ। ਉਧਰ ਡਰਾਈਵਰ ਇਸ ਟਰੱਕ ਦੇ ਕੈਬਿਨ ਦੇ ਵਿੱਚ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਕੱਢਣ ਦੇ ਲਈ ਲੋਕਾਂ ਨੂੰ ਪੂਰੀ ਵਾਹ ਲਾਉਣੀ ਪਈ। ਇਸ ਕੈਬਿਨ ਦੇ ਉੱਤੇ ਚੜ ਕੇ ਬਾਹਰ ਖੜ ਕੇ ਹਰ ਪਾਸਿਓਂ ਡਰਾਈਵਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤੇ 1 ਘੰਟਾ ਕੜੀ ਮਸ਼ਕਤ ਕਰਨ ਤੋਂ ਬਾਅਦ ਡਰਾਈਵਰ ਨੂੰ ਬਾਹਰ ਕੱਢ ਕੇ ਹਸਪਤਾਲ 'ਚ ਪਹੁੰਚਾਇਆ ਗਿਆ। ਉਧਰ ਹੀ ਸੜਕ ਸੁਰੱਖਿਆ ਫੋਰਸ ਦੇ ਕਰਮੀ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਦੇ ਵੱਲੋਂ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਅਤੇ ਛਾਣਬੀਨ ਕੀਤੀ ਜਾ ਰਹੀ ਹੈ। ਇਹ ਜਿਹੜਾ ਨਾ ਇੱਕ ਗੈਸ ਦਾ ਟਰਾਲਾ ਆ ਰਿਹਾ ਸੀਗਾ ਆਪਣਾ ਬੂੰਗਾ ਸਾਈਡ ਤੋਂ, ਇਹ ਜਦੋਂ 5:30 ਵਜੇ ਇੱਥੇ ਕਿਤੇ ਯਾਨੀ ਕਿ ਵੀ ਅਨਫਿਟਰ ਕੁਛ ਹੋ ਗਿਆ ਇਹਦਾ ਜਾਂ ਇਨਬੈਲੈਂਸ ਹੋ ਗਿਆ, ਕੁਛ ਵੀ ਹੋ ਗਿਆ, ਉਹ ਪਲਟ ਗਿਆ 5:45-6 ਵਜੇ ਦੀ ਘਟਨਾ ਗਈ ਹੈ। ਅਤੇ 5:30 ਵਜੇ ਤੋਂ ਬਾਅਦ ਜਿੱਦਾਂ ਸਾਰੇ ਇਕੱਠੇ ਹੋਏ ਆ, ਲੋਕ ਇਕੱਠੇ ਹੋਏ ਆ, ਪੁਲਿਸ ਪ੍ਰਸ਼ਾਸਨ ਅਤੇ ਜਿਹੜੀ ਆ ਆਪਣੇ ਪੰਜਾਬ ਸਰਕਾਰ ਦੀ ਟਰਾਂਸਪੋਰਟ ਹੈਗੀ ਚੱਲੀ ਹੋਈ ਆ ਫੋਰਸ, ਉਹਦੇ ਥਰੂ ਹੁਣ ਡਰਾਈਵਰ ਨੂੰ 1 ਘੰਟੇ ਦੀ ਮੁਸ਼ਕਤ ਤੋਂ ਬਾਅਦ ਬਾਹਰ ਕੱਢਿਆ ਅਤੇ ਲਗਭਗ ਡਰਾਈਵਰ ਸਹੀ ਹੈ ਅਤੇ ਉਹਨੂੰ ਹੁਣ ਸਰਕਾਰੀ ਹੋਸਪਿਟਲ ਭਾਈ ਜੇਤਾ ਜੀ ਅਨੰਦਪੁਰ ਸਾਹਿਬ ਭੇਜਿਆ ਗਿਆ। ਅੱਗ ਲੱਗਣ ਤੇ ਬਚਾਇਆ, ਫਾਇਰ ਬ੍ਰਿਗੇਡ ਦੀਆਂ ਮਸ਼ੀਨਾਂ ਆ ਗਈਆਂ, ਫਿਲਹਾਲ ਹਾਲੇ ਬਚਾਇਆ ਜੀ, ਟਰੱਕ ਤੋਂ ਬਾਹਰ ਕੱਢ ਲਿਆ ਗਿਆ ਜੀ। ਜਿਹੜੀ ਅੱਗ ਲੱਗੀ ਹੋਈ ਸੀ ਕਿਵੇਂ ਜੀ ਕਾਬੂ ਪੈ ਗਿਆ? ਸਾਰੇ ਗੈਸਾਂ ਦੀ, ਗੈਸ ਦੀ ਅੱਗ ਆ ਜੀ। ਉਹ ਕਹਿੰਦਾ ਵੀ ਡਰਾਈਵਰ ਦੇ ਕਹਿਣ ਦੇ ਮੁਤਾਬਕ ਇਹਦੇ ਵਿੱਚ ਜੋ ਵੀ ਰਹਿੰਦੀ ਖੁੰਦੀ ਗੈਸ ਹੈ ਉਹੀ ਨਿਕਲ ਰਹੀ ਹੈ ਅਤੇ ਬਾਕੀ ਤਾਂ ਜੋ ਅੱਗ ਲੱਗੀ ਸੀ ਉਹ ਆਪਾਂ ਕੰਟਰੋਲ ਕਰ ਲਈ ਜੀ। ਡਰਾਈਵਰ ਹੁਣ ਸੁਰੱਖਿਅਤ? ਡਰਾਈਵਰ ਸੁਰੱਖਿਅਤ ਹੈ ਜੀ, ਉਹਨਾਂ ਨੂੰ SS ਫੋਰਸ ਲੈ ਕੇ ਗਈ।